ਕੱਲ ਸਾਡੀ ਜੱਟਾ ਡੋਲੀ ਦੀ ਟੀਮ ਜਿਹੜੀ ਹੈ ਮਤਲਬ ਕਿ ਥੋੜ੍ਹੀ ਲੇਟ ਜ਼ਰੂਰ ਹੋ ਗਿਆ ਸੀ, ਠੀਕ ਹੈ, ਉਹ ਕਿਉਂਕਿ ਵਿੱਚ ਜਾਮ ਜੁੰਮ ਸਾਨੂੰ ਬਹੁਤ ਮਿਲਿਆ। ਅੱਛਾ ਜੀ, ਫਿਲਮ ਅਸੀਂ ਲੈ ਕੇ ਆ ਰਹੇ ਹਾਂ ਜੀ 5 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਅੰਦਰ ਜੱਟਾ ਡੋਲੀ ਨਾਲ। ਆਪਣੀ ਫਿਲਮ ਜਿਹੜੀ ਹੈ ਉਹ ਗੱਤਕੇ ਦੇ ਉੱਤੇ ਆਧਾਰਿਤ ਹੈ, ਗੱਤਕਾ ਔਰ ਲਵ ਸਟੋਰੀ। ਅਤੇ ਬਾਕੀ ਮੈਂ ਚਾਹਵਾਂਗਾ ਕਿ ਵੀ ਮੈਂ ਸਾਰਿਆਂ ਨਾਲ ਇੰਟਰੋਡਿਊਸ ਕਰਾ ਦਾਂ। ਆਪਣੇ ਸੰਨੀ ਗਿੱਲ ਜੀ ਹੈ, ਇਹ 'ਚ ਗੱਤਕੇ ਦੇ ਉਸਤਾਦ ਬਣੇ ਨੇ, ਅਤੇ ਆਪਣਾ ਕਿਰਨਦੀਪ ਰਾਇਤ ਨੇ, ਠੀਕ ਹੈ, ਇਹ 'ਚ ਲੀਡ ਰੋਲ ਅਦਾ ਕਰ ਰਹੇ ਨੇ, ਹੀਰੋ ਦਾ ਕਰੈਕਟਰ। ਜਰਨੈਲ ਭਾਅ ਜੀ ਇਹਨਾਂ ਦੇ ਫਾਦਰ ਸਾਹਿਬ ਦਾ ਕਰੈਕਟਰ ਰੋਲ ਅਦਾ ਕਰ ਰਹੇ ਨੇ, ਅਤੇ ਗੁਰਪ੍ਰੀਤ BMP। ਮਿਊਜ਼ਿਕ ਜਿੰਨਾ ਵੀ ਤੁਸੀਂ ਇਹ 'ਚ ਸੁਣ ਰਹੇ ਹੋ, ਮਿਊਜ਼ਿਕ ਗੁਰਪ੍ਰੀਤ BMP ਨੇ ਦਿੱਤਾ ਹੋਇਆ ਜੀ। ਬਾਕੀ ਤੁਸੀਂ ਸਵਾਲ ਸਾਰੇ ਜਣੇ ਕਰ ਸਕਦੇ ਹੋ ਜੀ 1-to-1 ਜੀ। ਭਾਜੀ ਇਹ ਫਿਲਮ ਲੈ ਕੇ ਆਏ ਹੋ ਜੱਟਾ ਡੋਲੀ, ਕੀ ਹੈ ਖਾਸ ਫਿਲਮ ਦੇ ਵਿੱਚ ਔਰ ਕੀ ਸਟੋਰੀ ਹੈ ਪਿੱਛੇ ਚੱਲਣ ਜੀ? ਜਿਹੜੀ ਫਿਲਮ ਹੈ ਜੱਟਾ ਡੋਲੀ ਨਾਲ, ਜਿਹੜੀ 5 ਜਨਵਰੀ 2024 ਨੂੰ ਸਿਨੇਮਾਘਰਾਂ ਦੇ ਵਿੱਚ ਆ ਰਹੀ ਹੈ, ਆਹ ਜਿਹੜੀ ਫਿਲਮ ਹੈਗੀ ਆ, ਇਹ ਐਕਸ਼ਨ ਰੋਮਾਂਟਿਕ ਫਿਲਮ ਹੈ, ਅਤੇ ਐਕਸ਼ਨ ਜਿਹੜਾ ਪਾਰਟ ਹੈਗਾ ਉਹ ਗੱਤਕੇ ਤੋਂ ਆਉਂਦਾ, ਗੱਤਕਾ ਜਿਹੜਾ ਸਾਡਾ ਸਿੱਖ ਮਾਰਸ਼ਲ ਆਰਟਸ ਨੂੰ ਅਸੀਂ ਕਹਿੰਦੇ ਹਾਂ, ਔਰ ਉਹਦੇ 'ਤੇ ਬੇਸਡ ਇੱਕ ਫਿਲਮ ਹੈਗੀ ਆ, ਪਰਿਵਾਰਿਕ ਫਿਲਮ ਹੈ, ਹਰੇਕ ਦੀ ਮਰਿਆਦਾ ਦਾ ਧਿਆਨ ਰੱਖਿਆ ਗਿਆ ਇਹਦੇ ਵਿੱਚ। ਲਵ ਸਟੋਰੀ ਨੂੰ ਆਪਾਂ ਗੱਤਕੇ ਦੇ ਨਾਲ ਬਹੁਤ ਬਾਖੂਬੀ ਜੋੜਿਆ, ਕਿਸੇ ਵੀ ਪੁਆਇੰਟ 'ਤੇ ਸਾਨੂੰ ਐਂ ਨਹੀਂ ਲੱਗੂਗਾ ਕਿ ਕੋਈ ਚੀਜ਼ ਮਿਸਿੰਗ ਹੈ, ਜਾਂ ਐਂ ਲੱਗਦਾ ਕਿ ਬਈ ਗੱਤਕੇ ਨੂੰ ਲਵ ਨਾਲ ਕਿੱਦਾਂ ਜੋੜਤਾ, ਕੋਈ ਓਬਜੈਕਸ਼ਨੇਬਲ ਹੈ, ਐਸਾ ਕੁਛ ਨਹੀਂ ਹੈਗਾ। ਬਹੁਤ ਪਰਿਵਾਰਿਕ ਫਿਲਮ ਹੈ, ਤੁਹਾਨੂੰ ਸਾਰਿਆਂ ਨੂੰ ਦੇਖਣ 'ਚ ਬਹੁਤ ਅੱਛੀ ਲੱਗੂਗੀ ਜੀ। ਕਿਹੜੀ ਜਗ੍ਹਾ ਸ਼ੂਟ ਹੋਈ ਹੈ ਜੀ? ਫਿਲਮ ਜਿਹੜੀ ਹੈ ਉਹ ਚੰਡੀਗੜ੍ਹ, ਮੋਹਾਲੀ ਔਰ ਲੁਧਿਆਣੇ ਵੀ ਸ਼ੂਟ ਹੋਈ ਆ, ਇਹਦੇ ਨਾਲ ਨਾਲ ਆਪਣੀ ਫਿਲਮ ਰਾਮੋਜੀ ਫਿਲਮ ਸਿਟੀ ਦੇ ਵਿੱਚ ਹੈਦਰਾਬਾਦ ਸ਼ੂਟ ਹੋਈ ਹੈ, ਅਤੇ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਰਾਮੋਜੀ ਫਿਲਮ ਸਿਟੀ ਜਿਹੜੀ ਸ਼ੂਟ ਹੋਈ, ਉਹ ਸਾਡੀ ਫਿਲਮ ਜੱਟਾ ਡੋਲੀ ਨਾਲ। ਕਿੰਨੀ ਦੇਰ ਲੱਗੀ ਹੈ ਇਹਨੂੰ ਜੀ? 2 ਭਾਗ 'ਚ ਸ਼ੂਟ ਹੋਈ ਹੈ ਫਿਲਮ ਹੈ, ਅਤੇ 30-35 ਦਿਨ ਪਹਿਲੀ ਵਾਰੀ ਲੱਗੇ ਸੀਗੇ, ਉਸ ਤੋਂ ਬਾਅਦ 15 ਕੁ ਦਿਨ ਦਾ ਸ਼ੂਟ ਦੁਬਾਰਾ ਆਪਾਂ ਕੀਤਾ ਸੀਗਾ ਜੀ। ਹਾਂਜੀ, ਇਹਦੇ 6 ਗਾਣੇ ਨੇ ਜੀ, 6 ਗਾਣੇ ਹੈਗੇ ਆ। ਆਮ ਤੌਰ 'ਤੇ ਇੱਕ ਫਿਲਮ ਦੇ 'ਚ ਅਸੀਂ ਦੇਖਦੇ ਹਾਂ ਅਤੇ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਆ, ਫਰਜ਼ ਕਰ ਲਓ ਅਗਰ ਕੋਈ ਐਕਸ਼ਨ ਫਿਲਮ ਹੈ ਤਾਂ ਸਾਰੇ ਗਾਣੇ ਉੱਦਾਂ ਦੇ ਹੁੰਦੇ ਆ, ਜਾਂ ਅਗਰ ਲਵ ਸਟੋਰੀ ਹੈ ਤਾਂ ਸਾਰੇ ਗਾਣੇ ਉੱਦਾਂ ਦੇ ਹੁੰਦੇ ਆ। ਕੀ ਮੈਸੇਜ ਦੇ ਕੇ ਜਾਏਗੀ ਜੀ? ਮੈਸੇਜ ਇਹਦੇ 'ਚ ਬਹੁਤ ਅੱਛਾ ਜੀ, 2-3-4 ਮੈਸੇਜ ਇਹ ਤੁਹਾਨੂੰ ਵੱਖਰੇ ਵੱਖਰੇ ਦੇਖਣ ਨੂੰ ਮਿਲਣਗੇ, ਔਰ ਇਹ ਗੱਲ ਜ਼ਰੂਰ ਹੈ ਕਿ ਬਹੁਤ ਐਂਟਰਟੇਨਿੰਗ ਔਰ ਬਹੁਤ ਫਨ ਲਵਿੰਗ ਵੇ ਦੇ ਵਿੱਚ ਤੁਹਾਨੂੰ ਸਾਰੇ ਮੈਸੇਜ ਮਿਲਣਗੇ। ਜਿੱਦਾਂ ਅਗਰ ਅਸੀਂ ਸਮਝਦੇ ਹਾਂ ਜਨਰਲੀ ਮੈਸੇਜ ਵਾਲੀ ਫਿਲਮਾਂ ਹੁੰਦੀਆਂ, ਉਹ ਸਿਆਣੀ ਜਿਹੜੀ ਸਾਡੀ ਆਡੀਅੰਸ ਹੈ, ਸਿਆਣੇ ਵਰਗ ਦੇ ਲੋਕ ਨੇ, ਉਹ ਜ਼ਿਆਦਾ ਉਹਨੂੰ ਲਾਈਕ ਕਰਦੇ ਆ, ਬਟ ਅਸੀਂ ਉਹਨੂੰ ਇੱਕ ਐਸੇ ਐਂਟਰਟੇਨਿੰਗ ਵੇ ਦੇ ਵਿੱਚ ਲੈ ਕੇ ਆਵਾਂਗੇ ਜਿਹਨੂੰ ਦੇਖ ਕੇ ਬੱਚੇ ਵੀ ਇੰਸਪਾਇਰ ਹੋਣਗੇ ਔਰ ਚੰਗੀ ਚੀਜ਼ਾਂ ਵੱਲ ਜਾਣਗੇ ਜੀ। ਤੁਸੀਂ ਭਾਜੀ ਗੱਤਕਾ ਸਿੱਖਿਆ ਜੀ? ਹਾਂਜੀ ਹਾਂਜੀ, ਮੈਂ ਗੱਤਕਾ ਪਹਿਲਾਂ ਤੋਂ ਸਿੱਖਿਆ ਹੋਇਆ ਜੀ, ਅਤੇ ਮੈਨੂੰ ਇਹਦੇ ਵਿੱਚ ਜਿਹੜਾ ਇਹ ਨਹੀਂ ਹੈਗਾ ਕਿ ਫਿਲਮ ਦੇ ਵਾਸਤੇ ਮੈਂ ਗੱਤਕਾ ਸਿੱਖਿਆ, ਗੱਤਕਾ ਮੈਨੂੰ ਪਹਿਲਾਂ ਸਿੱਖਿਆ ਸੀਗਾ, ਇਹ ਫਿਲਮ ਵਾਸਤੇ ਅਸੀਂ ਵਰਕਸ਼ਾਪਾਂ ਲਾਈਆਂ ਜੋ ਫਿਲਮ ਨੂੰ ਬਣਾਉਣ ਦੇ ਰਿਲੇਟਡ ਕੰਮ ਆਈਆਂ ਜੀ। ਜੀ, ਬਹੁਤ ਸਾਰੀ ਜਿਹੜੀ ਫਿਲਮਾਂ 'ਚ ਦੇਖਦੇ ਹਾਂ ਅਸੀਂ ਹਥਿਆਰਾਂ ਦਾ ਇਸਤੇਮਾਲ ਹੁੰਦਾ ਜੀ, ਹੋਰ ਇਸ ਤਰ੍ਹਾਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਵਾ, ਤੁਸੀਂ ਗੱਤਕਾ ਲੈ ਕੇ ਆਏ ਹੋ, ਕੀ ਕੰਟੈਂਟ ਕੀ ਸੀਗਾ ਜੀ? ਜੀ, ਕੰਟੈਂਟ ਗੱਤਕਾ ਇਟਸੈਲਫ ਆਪਣੇ ਅੰਦਰ ਹੀ ਇੱਕ ਬਹੁਤ ਵੱਡਾ ਕੰਟੈਂਟ ਹੈ, ਔਰ ਮੈਨੂੰ ਲੱਗਦਾ ਸਾਡੀ ਸਾਰੀ ਆਵਾਮ ਨੂੰ, ਸਾਡੀ ਸਾਰੀ ਜਿੰਨੇ ਵੀ ਸਾਡੇ ਭਰਾ ਪਾਈ ਹੈ, ਉਹਨੂੰ ਸਾਰਿਆਂ ਨੂੰ ਆਉਣਾ ਚਾਹੀਦਾ, ਔਰ ਹੁਣ ਹਾਲ ਹੀ ਦੇ ਵਿੱਚ ਨੈਸ਼ਨਲ ਓਲੰਪਿਕ ਗੇਮਸ ਦੇ ਵਿੱਚ ਵੀ ਗੱਤਕਾ ਐਜ਼ ਅ ਸਪੋਰਟ ਰਜਿਸਟਰ ਹੋ ਗਿਆ ਹੋਇਆ, ਜਿਹਦੇ ਨਾਲ ਹੁਣ ਜੋ ਸਾਡੇ ਖਿਡਾਰੀ ਆ ਉਹ ਆਪਣੀ ਇੱਕ ਉਹਨਾਂ ਨੂੰ ਆਰਥਿਕ ਸਪੋਰਟ ਵੀ ਮਿਲੂਗੀ, ਅਤੇ ਉਹਨਾਂ ਦਾ ਇਹੀ ਚੀਜ਼ਾਂ ਨੂੰ ਚੱਲਦੇ ਹੀ, ਗੱਤਕੇ ਨੂੰ ਪ੍ਰਮੋਟ ਕਰਨ ਦੇ ਚੱਲਦੇ ਹੀ ਅਸੀਂ ਇੱਕ ਐਸਾ ਟੋਪਿਕ ਕ੍ਰੀਏਟ ਕੀਤਾ ਜਿਹੜਾ ਇੱਕ ਲਵ ਸਟੋਰੀ ਦੇ ਆਸ ਪਾਸ ਰਿਵੋਲਵ ਕਰਦਾ, ਉਹਦੇ 'ਚ ਗੱਤਕਾ ਵੀ ਹੈਗਾ ਜੀ। ਹਾਂਜੀ, ਜੀ ਖਾਸ ਸਟਾਰਕਾਸਟ ਸਾਰੇ ਹੀ ਬਹੁਤ ਖਾਸ ਨੇ ਜੀ, ਔਰ ਜਿਵੇਂ ਅਸੀਂ ਮਨ ਕਰਦੇ ਹਾਂ ਕਿ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਭ ਤੋਂ ਜੂਨੀਅਰ ਹੈਗਾ ਇਸ ਫਿਲਮ ਦੇ ਵਿੱਚ, ਅਤੇ ਸਾਡੀ ਵੱਡੀ ਸਟਾਰਕਾਸਟ ਦੇ ਵਿੱਚੋਂ ਕੁਛ ਸਟਾਰਕਾਸਟ ਸਾਡੇ ਵਿੱਚ ਅੱਜ ਮੌਜੂਦ ਨੇ, ਜਿਵੇਂ ਜਰਨੈਲ ਭਾਅ ਜੀ ਜਿਹਨਾਂ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ, ਜਰਨੈਲ ਸਿੰਘ ਜੀ ਦੇ ਨਾਮ ਤੋਂ, ਸੰਨੀ ਗਿੱਲ ਭਾਅ ਜੀ ਸਾਡੇ ਨਾਲ ਆਏ ਹੋਏ ਨੇ, ਬਾਲੀਵੁੱਡ 'ਚ ਕਾਫੀ ਕੰਮ ਕਰਦੇ ਨੇ, ਸ਼ਿਵਿੰਦਰ ਮਹਾਲ ਜੀ ਇਹਦੇ ਵਿੱਚ ਨੇ,
ਮੇਨ ਲੀਡ ਜਿਹੜਾ ਪਲੇ ਕਰ ਰਹੀ ਹੈ ਉਹ ਪ੍ਰਭ ਗਰੇਵਾਲ ਕਰ ਰਹੀ ਹੈ ਔਰ ਪਰਮਿੰਦਰ ਗਿੱਲ ਮੈਡਮ ਇਹਦੇ ਵਿੱਚ ਹੈਗੇ ਇੱਦਾਂ ਹੋਰ ਅਨੇਕ ਇਹਦੇ ਵਿੱਚ ਆਪਣੇ ਆਰਟਿਸਟ ਸਾਡੇ ਨਾਲ ਹੈਗੇ ਜੀ। ਭਾਜੀ ਕੀ ਐਕਸਪੀਰੀਅੰਸ ਆ ਮਤਲਬ ਤੁਹਾਡੀ ਇਸ ਤੋਂ ਪਹਿਲੇ ਵੀ ਕੋਈ ਫਿਲਮ ਆਈ ਹੈ? ਹਾਂਜੀ ਮੇਰੀ ਇਸ ਤੋਂ ਪਹਿਲਾਂ ਦੋ ਫਿਲਮਾਂ ਆ ਚੁੱਕੀਆਂ ਜੀ। 2022 'ਚ ਮੇਰੀ ਪਹਿਲੀ ਫਿਲਮ ਆਈ ਸੀ ਜਿੰਦਰਾ ਚੌਪਾਲ 'ਤੇ ਆਈ ਸੀਗੀ ਅਤੇ 2023 ਦੇ ਵਿੱਚ ਸੌ ਮਿੱਟੀ ਦੀ ਆਈ ਸੀ ਜਿਹੜੀ ਕਿਸਾਨੀ ਮੁੱਦੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਦੋ ਭਰਾਵਾਂ ਦੀ ਕਹਾਣੀ ਸੀਗੀ ਅਤੇ ਹੁਣ 2024 ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਹੁਣ ਜੱਟਾ ਡੋਲੀ ਨਾਲ ਆ ਰਹੀ ਹੈ। ਬਸ ਤੁਰੇ ਹੋਵਾਂ ਜੀ, ਬਸ ਮਿਹਨਤ ਕਰੀ ਜਾਂਦੇ ਆਪਣੇ ਵੱਲੋਂ, ਸੋਚਦੇ ਹਾਂ ਕਿ ਹੋਰ ਵਧੀਆ ਵਧੀਆ ਪ੍ਰੋਜੈਕਟ ਕਰੀਏ, ਇੱਦਾਂ ਦੇ ਪ੍ਰੋਜੈਕਟ ਕਰਕੇ ਲਿਆਈਏ। ਦੇਖਿਓ ਜਿਵੇਂ ਅਗਰ ਤੁਸੀਂ ਮੇਰੀ ਹਿਸਟਰੀ ਚੈੱਕ ਕਰੋਗੇ, ਮੈਂ ਹਮੇਸ਼ਾ ਇਹੋ ਜਿਹੀ ਫਿਲਮਾਂ ਚੂਜ਼ ਕਰਦਾ ਜਿਹਦੇ ਵਿੱਚ ਸੋਸ਼ਲ ਮੈਸੇਜ ਹੁੰਦਾ ਔਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿਰਸੇ ਨਾਲ ਜੁੜੀ ਹੁੰਦੀਆਂ ਚੀਜ਼ਾਂ ਉਹ, ਜਾਂ ਚਾਹੇ ਅਸੀਂ ਉਹ ਗੱਲ ਕਰੀਏ ਜਿਵੇਂ ਸੌ ਮਿੱਟੀ ਦੀ ਹੈ ਅਤੇ ਉਹਦੇ ਵਿੱਚ ਕਿਸਾਨੀ ਮੁੱਦੇ ਨੂੰ ਅਸੀਂ ਚੱਕਿਆ ਸੀ ਪਹਿਲੀ ਵਾਰੀ, ਇੱਦਾਂ ਹੀ ਅਸੀਂ ਹੁਣ ਇਹਦੇ ਵਿੱਚ ਵੀ ਗੱਤਕੇ ਦੇ ਉੱਤੇ ਫਿਲਮ ਲੈ ਕੇ ਆ ਰਹੇ ਹਾਂ, ਉਹ ਵੀ ਅਸੀਂ ਮੁੱਦਾ ਪਹਿਲੀ ਵਾਰੀ ਚੱਕਿਆ। ਅਤੇ ਮੈਂ ਪਰਸਨਲੀ ਇਹ ਚਾਹੁੰਦਾ ਕਿ ਪੰਜਾਬ ਦਾ ਕਲਚਰ ਇੰਨਾ ਰਿਚ ਆ ਔਰ ਇੰਨੇ ਇਤਿਹਾਸ ਦੇ ਵਿੱਚ ਇੰਨੇ ਪੰਨੇ ਜਿਹੜੇ ਆ ਉਹ ਸਾਡੇ ਹਜੇ ਫਲੋਰਨ ਨੂੰ ਬਾਕੀ ਪਏ ਆ, ਤਾਂ ਜੋ ਅਸੀਂ ਚਾਹੁੰਦੇ ਹਾਂ ਕਿ ਮੇਰੇ ਵਰਗੇ ਹੋਰ ਜਿਹੜੇ ਫਿਲਮ ਮੇਕਰ ਨੇ ਸਾਡੀ ਇਤਿਹਾਸ ਦੀ ਗੱਲਾਂ ਨੂੰ ਚੱਕਣ, ਨਾ ਕਿ ਸਿਰਫ ਅਸੀਂ ਇੱਕ ਵਰਗ ਦੀਆਂ ਜਿਵੇਂ ਕਾਮੇਡੀ ਦੀ ਫਿਲਮਾਂ ਆਉਂਦੀਆਂ ਸੀ ਉਹੀ ਬਣਾਈ ਜਾਈਏ, ਅਸੀਂ ਜਾਣੇ ਜਾਈਏ ਕਿ ਪੰਜਾਬੀ ਫਿਲਮਾਂ ਨੇ ਉਹ ਸਿਰਫ ਕਾਮੇਡੀ ਵਾਸਤੇ ਜਾਣੀਆਂ ਜਾਂਦੀਆਂ, ਐਸਾ ਨਹੀਂ ਹੈਗਾ। ਸਾਡਾ ਇਤਿਹਾਸ ਬਹੁਤ ਰਿਚ ਆ, ਅਸੀਂ ਉਹਦੇ 'ਤੇ ਹੋਰ ਫਿਲਮਾਂ ਲੈ ਕੇ ਆਈਏ, ਇਹੋ ਜਿਹੀ ਗੱਲ ਮੈਂ ਚਾਹੁੰਦਾ ਜੀ। ਸਰ ਹਰ ਵਾਰ ਦੇਖਿਆ ਜਾਂਦਾ ਕੋਈ ਫਿਲਮ ਆਉਂਦੀ ਆ ਨਵੇਂ ਕੰਟੈਂਟ 'ਤੇ ਆਉਂਦੀ ਆ ਅਤੇ ਚਿਹਰਾ ਲਿੱਤਾ ਜਾਂਦਾ ਚਾਹੇ ਵਿਲਨ ਦਾ ਹੋਵੇ ਚਾਹੇ ਕੋਈ ਇਸ ਤਰ੍ਹਾਂ ਦਾ ਐਕਟਰ ਹੋਵੇ ਜੀ, ਫਿਰ ਉਹ ਫਿਲਮ ਨੂੰ ਦੇਖਣ ਜਾਂਦੇ ਲੋਕ ਜੀ, ਇਹਦੇ ਵਿੱਚ ਵੀ ਕੁਛ ਇਸ ਤਰ੍ਹਾਂ ਹੈਗਾ ਕਿ ਸਾਰੇ ਨਵੇਂ ਆ? ਨਹੀਂ ਜੀ, ਸਾਰੇ ਨਵੇਂ ਨਹੀਂ ਹੈ ਜੀ। ਮੈਂ ਇਹਦੇ ਵਿੱਚ ਅਗਰ ਸਭ ਤੋਂ ਮੈਂ ਦੱਸਿਆ ਪਹਿਲਾਂ ਹੁਣ ਸਭ ਤੋਂ ਨਵਾਂ ਅਗਰ ਮੈਂ ਹੀ ਹੈਗਾ ਅਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਆਰਟਿਸਟ ਨੇ ਮੇਰੇ ਨਾਲ ਅਤੇ ਬਹੁਤ ਵੱਡੇ ਵੱਡੇ ਨਾਂ ਸਾਡੇ ਨਾਲ ਜੁੜੇ ਹੋਏ ਨੇ ਜੀ, ਇਹ 'ਚ ਨਵਾਂ ਸਿਰਫ ਮੈਂ ਹੀ ਹਾਂ ਸਮਝ ਲਓ। ਹਾਂਜੀ ਬਜਟ ਹੈਗਾ ਜੀ, ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਇੱਕ ਕਿਉਂਕਿ ਅਸੀਂ ਐਕਸਪੈਰੀਮੈਂਟ ਕਰ ਰਹੇ ਸੀਗੇ ਅਤੇ ਇੱਕ ਨਿਮਾਣੇ ਬਜਟ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਹਾਲਾਂਕਿ ਉਹ ਅੱਛੇ ਬਜਟ ਦੇ ਵਿੱਚ ਗਿਆ ਜੀ। ਠੀਕ ਹੈ ਜੀ, ਸਾਰਿਆਂ ਨੂੰ ਮੈਂ ਜਰਨੈਲ ਸਿੰਘ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਹਾਂ ਜਿਹੜੀ ਕਿ ਸਾਡੀ ਰਵਾਇਤੀ ਖੇਡ ਸ਼ਸਤਰ ਵਿੱਦਿਆ ਜਿਹਨੂੰ ਆਪਾਂ ਗੱਤਕਾ ਕਹਿੰਦੇ ਹਾਂ ਉਹਦੇ 'ਤੇ ਆਧਾਰਿਤ ਹੈ। ਇਹ ਇੱਕ ਕੰਪਲੀਟ ਜਿਹਨੂੰ ਕਹਿੰਦੇ ਕਿ ਕਮਰਸ਼ੀਅਲ ਫਿਲਮ ਵੀ ਹੈ, ਇਹਦੇ 'ਚ ਰਿਲੀਜੀਅਸ ਸੈਕਸ਼ਨ ਵੀ ਹੈਗਾ ਆ, ਰੋਮਾਂਸ ਵੀ ਹੈ, ਫੈਮਿਲੀ ਡਰਾਮਾ, ਇਹ ਕੰਪਲੀਟ ਜਿਹਨੂੰ ਕਹਿੰਦੇ ਇੰਟਰਟੇਨਿੰਗ ਫਿਲਮ ਹੈ ਜੀ। ਹਾਂਜੀ, ਕੋਈ ਸਵਾਲ ਜੇ ਹੈ ਕਿ ਇਹਦਾ ਪੁੱਛੋ ਜੀ। ਸਰ ਖਾਸ ਕੀ ਹੈ ਤੁਹਾਡਾ? ਨਹੀਂ ਖਾਸ ਮੈਂ ਦੱਸਿਆ ਜੀ, ਇਹ ਅੱਜ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਉਹਦੇ ਵਿੱਚ ਹਰ ਐਂਗਲ ਦਿਖਾਇਆ ਗਿਆ, ਐਕਸ਼ਨ ਕਿਸੇ ਹੋਰ ਤਰੀਕੇ ਨਾਲ ਵਿਖਾਇਆ ਗਿਆ, ਪਰ ਮੈਂ ਦੱਸਿਆ ਕਿ ਫਿਲਮ ਰਵਾਇਤੀ ਖੇਡ ਦੇ ਉੱਤੇ, ਰਵਾਇਤੀ ਖੇਡ ਗੱਤਕਾ। ਆਮ ਤੌਰ 'ਤੇ ਸੁਣਨ ਨੂੰ ਮਿਲਦਾ ਕਿ ਗੱਤਕਾ ਜਿਹੜਾ ਆ ਉਹ ਹਰ ਪੰਜਾਬੀ ਦੀਆਂ ਰਗਾਂ ਵਿੱਚ ਚੱਲਦਾ, ਸਿਰਫ ਗੱਲ ਸਿਰਫ ਇੰਨੀ ਕਾ ਵੀ ਇੱਕ ਵਾਰ ਘਰੋਂ ਪਾਰ ਪੈਰ ਬਾਹਰ ਕੱਢ ਕੇ ਉਸ ਅਖਾੜੇ 'ਚ ਜਾਣ ਦੀ ਲੋੜ ਆ, ਆਪਾਂ ਉੱਥੇ ਤੱਕ ਹੀ ਨਹੀਂ ਪਹੁੰਚਦੇ। ਸੋ ਇਹ ਫਿਲਮ ਬਣਾਉਣ ਦਾ ਜਿਹੜਾ ਮੇਨ ਮਕਸਦ ਆ ਉਹ ਇਹੋ ਹੀ ਹੁੰਗਾਰਾ ਆ ਕਿ ਅਸੀਂ ਜੂਡੋ, ਕਰਾਟੇ, ਬੋਕਸਿੰਗ, ਹੋਰ ਚੀਜ਼ਾਂ ਵਾਲੇ ਪਾਸੇ ਨੂੰ ਤੁਰ ਪਏ ਹਾਂ, ਜਿਹੜੀ ਸਾਡੇ ਕੋਲ ਰਵਾਇਤੀ ਖੇਡ ਆ, ਹੋਰਨਾਂ ਮੁਲਕਾਂ ਤੋਂ ਆਈਆਂ ਅਸੀਂ ਮਾਰਸ਼ਲ ਆਰਟਸ ਨੂੰ ਖੇਡਦੇ ਹਾਂ। ਇੱਦਾਂ ਹੀ ਹਿੰਦੁਸਤਾਨ ਦੇ ਵਿੱਚ 24-25 ਤਰ੍ਹਾਂ ਦੀਆਂ ਮਾਰਸ਼ਲ ਆਰਟਸ ਨੇ, ਜਿੱਦਾਂ ਮਹਾਰਾਸ਼ਟਰ 'ਚ ਕੱਲੜਾ ਪੱਟੀ ਹੈ, ਮਣੀਪੁਰ ਦੀ ਹੋਰ ਹੈ, ਸਾਊਥ ਦੀ ਹੋਰ ਹੈ, ਯੂਪੀ ਬਿਹਾਰ ਦੀ ਹੋਰ ਹੈ, ਉਹ ਲੱਠਬਾਜੀ ਕਹਿੰਦੇ ਨੇ, ਇੱਦਾਂ ਅਸੀਂ ਇਹਨੂੰ ਗੱਤਕਾ ਕਹਿੰਦੇ ਹਾਂ। ਉਹ ਗੱਤਕਾ ਉਹ ਖੇਡ ਜਿਹਨੇ ਅੱਜ ਤੱਕ ਇਸ ਮੁਲਕ 'ਤੇ ਜਿੰਨੇ ਹਮਲਾਵਰ ਹੋਏ ਆ, ਚਾਹੇ ਸਿਕੰਦਰ ਹੈ, ਚਾਹੇ ਨਾਦਰ ਹੈ, ਚਾਹੇ ਅਬਦਾਲੀ ਹੈ, ਚਾਹੇ ਬਾਬਰ ਹੈ, ਹੈ ਨਾ, ਚੰਗੇਜ਼, ਮੰਗੋਲ, ਆਰਿਅਨ, ਕੋਈ ਵੀ ਆਇਆ, ਤੁਰਕ ਆਏ, ਕੋਈ ਵੀ ਆਇਆ, ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਵਿੱਦਿਆ ਦੀ ਲੋੜ ਸੀ ਨਾ, ਜਿਹੜੀ ਸ਼ਸਤਰ ਵਿੱਦਿਆ ਯੂਜ਼ ਕਰਦੇ ਸੀਗੇ, ਕਿਉਂਕਿ ਆਉਣ ਦਾ ਰਾਹ ਇਹੋ ਹੀ ਸੀਗਾ, ਪੰਜਾਬ ਦੇ ਵਿੱਚੋਂ ਲੰਘ ਕੇ ਆਉਣਾ ਅਤੇ ਇੱਥੋਂ ਹੀ ਲੰਘ ਕੇ ਜਾਣਾ। ਸੋ ਇਹ ਉਹ ਖੇਡ ਆ ਜਿਹੜੀ ਉਹਨਾਂ ਹਮਲਾਵਰਾਂ ਨੂੰ 1700-1800 ਸਾਲ ਰੋਕਦੀ ਰਹੀ, ਜਿਹਨੂੰ ਅਸੀਂ ਭੁੱਲ ਚੁੱਕੇ ਹਾਂ। ਸੋ ਇਹ ਫਿਲਮ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਸਾਡੀ ਫਿਲਮ ਦਾ ਹੀਰੋ ਵੀ ਆ ਜਿਹੜਾ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ,
ਠੀਕ ਹੈ ਜੀ। ਇਹ ਜੋ ਫਿਲਮ ਦੀ ਕਹਾਣੀ ਕਹਿੰਦੀ ਹੈ ਕਿ ਇੱਕ ਪਿਓ ਆਪਣੇ ਪਰਿਵਾਰ ਨੂੰ ਬੈਟਰ ਜ਼ਿੰਦਗੀ ਵਾਸਤੇ ਇੱਥੋਂ ਬਾਹਰ ਲੈ ਗਿਆ, ਬਾਹਰ ਗਿਆ ਅਤੇ ਆਪਣੇ ਜੜ੍ਹਾਂ ਨੂੰ ਟੁੱਟ ਗਿਆ, ਉੱਥੇ ਪੈਸਾ ਤਾਂ ਕਮਾ ਲਿਆ, ਜਾਇਦਾਦ ਬਣਾ ਲਈ, ਪਰਿਵਾਰ ਬਹੁਤ ਵੱਡਾ ਕਰ ਲਿਆ, ਬਿਜ਼ਨਸ ਬੜਾ ਵੱਡਾ ਅੰਪਾਇਰ ਖੜ੍ਹਾ ਕਰ ਲਿਆ, ਪਰ ਜਦੋਂ ਉਹਨੇ ਮੁੜ ਕੇ ਘਰ ਵਾਲੇ ਪਾਸੇ ਨੂੰ ਵੇਖਿਆ ਨਾ ਘਰ ਵਾਲੀ ਰਹੀ ਅਤੇ ਨਾ ਮੁੰਡਾ ਰਿਹਾ। ਘਰ ਵਾਲੀ ਰੱਬ ਨੂੰ ਪਿਆਰੀ ਹੋ ਗਈ ਅਤੇ ਜਿਹੜਾ ਮੁੰਡਾ ਆ ਉਹ ਪੈਸਾ ਹੀ ਇੰਨਾ ਦੇ ਦਿੱਤਾ ਮੁੰਡੇ ਨੂੰ ਵੀ ਜਿਹੜੀ ਚੀਜ਼ ਮੰਗਣੀ ਪੈਸੇ ਨਾਲ ਮੂੰਹ ਬੰਦ ਕਰਨ ਵਾਲਾ ਕੰਮ ਹੋ ਗਿਆ, ਉਹ ਮੁੰਡਾ ਹੱਥੋਂ ਨਿਕਲ ਗਿਆ। ਸੋ ਜਦੋਂ ਉਹ ਵਾਪਸ ਆਉਂਦਾ ਆ ਉਸ ਮੁਲਕ ਦੇ ਵਿੱਚੋਂ, ਉਹ ਮੁੰਡਾ ਜਦੋਂ ਆਪਣੀ ਮਿੱਟੀ ਨਾਲ ਦੁਬਾਰਾ ਜੁੜਦਾ ਆ ਕੇ, ਉਹਨੂੰ ਲੱਗਦਾ ਕਿ ਮੈਂ ਲੱਗਦਾ ਤਾਂ ਇਹਨਾਂ ਲੋਕਾਂ ਵਰਗਾ ਹੀ ਹਾਂ, ਪੱਗ ਮੈਂ ਇੱਦਾਂ ਹੀ ਬੰਨਦਾ, ਰੋਟੀ ਮੈਂ ਵੀ ਉਹੀ ਖਾਂਦਾ, ਸਾਹ ਮੈਂ ਵੀ ਉਹੀ ਲੈਂਦਾ ਜਿਹੜਾ ਇਹ ਸਾਹ ਇਹ ਲੈਂਦੇ ਆ, ਦਿਨ ਚਰਿਆ ਵੀ ਮੇਰੀ ਉੱਦਾਂ ਦੀ, ਕੱਪੜੇ ਮੈਂ ਉਹੋ ਜਿਹੇ ਪਾਉਂਦਾ, ਪਰ ਮੈਂ ਰਲਦਾ ਕਿਉਂ ਨਹੀਂ ਇਹਨਾਂ ਲੋਕਾਂ ਦੇ ਵਿੱਚ? ਰੀਜ਼ਨ ਕੀ ਆ? ਰੀਜ਼ਨ ਇਹੋ ਹੀ ਆ ਕਿ ਮੈਂ ਰੂਪ ਰੇਖਾ ਬਦਲ ਲਈ, ਜਿਹੜਾ ਰੱਬ ਵੱਲੋਂ ਮੈਨੂੰ ਸਰੂਪ ਮਿਲਿਆ ਆ ਉਹ ਮੈਂ ਗਵਾ ਬੈਠਾ। ਫਿਰ ਉਹ ਕਿੱਦਾਂ ਕਨਵਰਟ ਹੁੰਦਾ ਆ ਜੀ? ਜੇ ਮੈਂ ਇਹਨਾਂ ਵਿੱਚ ਰਲਣਾ ਆ ਤਾਂ ਮੈਨੂੰ ਇਹਨਾਂ ਵਰਗਾ ਬਣਨਾ ਪੈਣਾ, ਠੀਕ ਆ। ਜੇ ਮੈਂ ਇੱਕ ਉਸ ਕੁੜੀ ਨੂੰ ਪਿਆਰ ਕਰਦਾ ਜਿਹਨੂੰ ਮੈਂ ਜੇ ਉਹਨੂੰ ਪਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਉਹਨਾਂ ਵਰਗਾ ਬਣਨਾ ਪੈਣਾ ਵਾ, ਉਹਨਾਂ ਦੀ ਇੱਕ ਲਿਮਿਟੇਸ਼ਨ, ਇੱਕ ਦਾਇਰਾ ਆ। ਸੋ ਇੱਕ ਇੱਦਾਂ ਦੀ ਬੜੀ ਬੜੀ ਕਮਾਲ ਦੀ ਕਹਾਣੀ ਦੀ ਫਿਲਮ ਆ, 5 ਨੂੰ ਰਿਲੀਜ਼ ਹੋ ਜਾਣੀ, ਤੁਸੀਂ ਸਿਨੇਮਾ ਘਰਾਂ ਜਾ ਕੇ ਵੇਖਿਓ, ਤੁਹਾਨੂੰ ਵਾਕਈ ਚੰਗੀ ਲੱਗੂਗੀ। ਠੀਕ ਜੀ ਜੀ। ਪਹਿਲਾਂ ਨਾਮ ਮੇਰਾ ਗੁਰਪ੍ਰੀਤ, PMP ਮੇਰਾ ਗੁਰਪ੍ਰੀਤ PMP, ਔਰ ਇਹ 'ਚ ਜਿੰਨਾ ਮਿਊਜ਼ਿਕ ਹੋਇਆ ਗਾਣਿਆਂ ਦਾ ਉਹ ਸਾਰਾ ਮੈਂ ਕੀਤਾ ਸੀ। ਹਾਂਜੀ, 6 ਗਾਣੇ ਹੈਗੇ ਆ। ਹਾਂਜੀ, ਇੱਕ ਗਾਣਾ ਜੋ ਹਲੇ ਸਾਡਾ ਰਿਲੀਜ਼ ਹੋਇਆ ਜੱਟਾ ਡੋਲੀ ਨਾ, ਉਹ ਤੈਨੂੰ ਮੰਜ਼ਿਲੇ ਤੱਕ ਖੁਦ ਅੱਗੋ ਲੈਣੇ ਆਉਗੀ ਤੂੰ ਜੱਟਾ ਡੋਲੀ ਨਾ, ਦਲੇਰ ਮਹਿੰਦੀ ਸਾਹਿਬ ਨੇ ਗਾਇਆ ਜੀ ਗਾਣਾ। ਹਾਂਜੀ 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 ਤੁਸੀਂ ਫਿਲਮ ਦੇਖ ਕੇ ਆਉਣਾ 5 ਤਰੀਕ ਨੂੰ, ਤੁਹਾਨੂੰ ਫਿਰ ਪਤਾ ਚੱਲੇਗਾ ਆਪਾਂ ਕਿੱਦਾਂ ਮੂਵੀ ਸ਼ੂਟ ਕੀਤੀ ਹੈ। ਸੋ ਬਹੁਤ ਹੀ ਪਿਆਰੀ ਮੂਵੀ ਹੈ, 5 ਤਰੀਕ ਨੂੰ ਆ ਰਹੀ ਜੱਟਾ ਡੋਲੀ ਨਾ, ਸਾਰੇ ਜਣੇ ਜ਼ਰੂਰ ਦੇਖਿਆ। ਹਾਂਜੀ।